ਸ਼ਰਿਆ ਮੈਂ ਕੈਮੀਕਲ ਸੁੱਟ ਰਿਹਾ ਹੈ। ਆ ਭਾਈ ਕੋਈ ਨੰਬਰ ਪਲੇਟ ਨਹੀਂ, ਆਹ ਦੇਖੋ ਕੋਈ ਕੈਮੀਕਲ ਸੁੱਟਣ ਲੱਗੇ ਹੋਏ ਨੇ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਤੇ ਜਿੱਥੇ ਪਾਣੀ ਹੈ ਵੀ ਉਹ ਪਾਣੀ ਗੰਦਲਾ ਹੈ। ਬੇਸ਼ੱਕ ਪਾਣੀ ਨੂੰ ਬਚਾਉਣ ਦੇ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਸੈਮੀਨਾਰ ਵੀ ਲਗਾਏ ਜਾਂਦੇ ਨੇ, ਪਰ ਇੰਝ ਜਾਪਦਾ ਹੈ ਕਿ ਜਿਵੇਂ ਪਾਣੀ ਦੇ ਮਾਮਲੇ ਨੂੰ ਲੈ ਕੇ ਸਰਕਾਰਾਂ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ, ਕਿਉਂਕਿ ਪਾਣੀ ਦੇ ਪੱਧਰ ਨੂੰ ਨੀਵਾਂ ਕਰਨ ਅਤੇ ਪਾਣੀ ਨੂੰ ਗੰਦਲਾ ਕਰਨ ਵਾਲੇ ਵੀ ਧਰਤੀ 'ਤੇ ਰਹਿਣ ਵਾਲੇ ਹੀ ਲੋਕ ਨੇ ਅਤੇ ਇਹਨਾਂ ਲੋਕਾਂ ਨੂੰ ਕਾਬੂ ਕਰਨਾ ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਸਰਕਾਰ ਤਾਂ ਭੂਕ ਨੀਂਦ ਸੁੱਤੀ ਪਈ ਹੈ। ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਦੇ ਨਾਲ ਤੁਹਾਡੇ ਪੈਰਾਂ ਤਲਿਓਂ ਵੀ ਜ਼ਮੀਨ ਖਿਸਕ ਜਾਵੇਗੀ। ਜੀ ਹਾਂ, ਤਸਵੀਰਾਂ ਬਠਿੰਡਾ ਦੇ ਪਿੰਡ ਬੁਆਣੀ ਦੀਆਂ ਨੇ, ਜਿੱਥੇ ਬਠਿੰਡਾ ਬ੍ਰਾਂਚ ਨਹਿਰ ਪਿੰਡ ਬੁਆਣੀ ਨੇੜੇ ਬਿਨਾਂ ਨੰਬਰ ਟੈਂਕਰ ਨੂੰ ਕੈਮੀਕਲ ਪਦਾਰਥ ਡਿਸਪੋਜ਼ ਕਰਦੇ ਹੋਏ ਦੀਪਨਗਰ ਦੇ ਸਾਬਕਾ ਸਰਪੰਚ ਅਤੇ ਰਾਜਾਂ ਦੇ ਜਾਗਰੂਕ ਨੌਜਵਾਨਾਂ ਵੱਲੋਂ ਫੜਿਆ ਗਿਆ। ਦੱਸਿਆ ਜਾ ਰਿਹਾ ਕਿ ਟੈਂਪੂ ਵੱਲੋਂ ਹਰ ਰੋਜ਼ ਇੱਥੇ ਗੰਦਗੀ ਫੈਲਾਈ ਜਾ ਰਹੀ ਹੈ ਅਤੇ ਕੈਮੀਕਲ ਨੂੰ ਪਾਣੀ ਵਿੱਚ ਵਹਾ ਕੇ ਉਸ ਨੂੰ ਡਿਸਪੋਜ਼ ਕੀਤਾ ਜਾਂਦਾ ਹੈ, ਜਿਸ ਦੇ ਨਾਲ ਨਾਲ ਖੜ੍ਹੇ ਦਰੱਖਤ ਅਤੇ ਹੋਰ ਫਸਲਾਂ ਵੀ ਨੁਕਸਾਨੀਆਂ ਗਈਆਂ। ਪਾਉਣ ਦਾ ਵੀਰੇ ਹਜੇ ਬਾਅਦ ਦੇਖਾਂਗੇ ਨਾ ਵੀ ਇਹ ਗੱਲ ਸਹੀ ਹੈ ਜਾਂ ਨਹੀਂ। ਵੀਰੇ ਹੈਗਾ ਜਾਲੀ ਕੰਮ ਆ ਯਾਰ, ਨੰਬਰ ਪਲੇਟ ਹੀ ਨਹੀਂ ਬਾਈ ਦੀ। ਹਾਂ ਇਹ ਤਾਂ ਸ਼ਰਿਆਂ ਮੈਂ ਕੈਮੀਕਲ ਸੁੱਟ ਰਿਹਾ ਹੈ। ਠੀਕ ਹੈ, ਨੰਬਰ ਪਲੇਟ ਵੀ ਨਹੀਂ ਹੈਗੀ ਜੀ ਟਰੱਕ ਦੀ। ਹਾਂ ਆ ਭਾਈ ਕੋਈ ਨੰਬਰ ਪਲੇਟ ਨਹੀਂ, ਆਹ ਦੇਖੋ ਕੋਈ ਕੈਮੀਕਲ ਸੁੱਟਣ ਲੱਗੇ ਹੋਏ ਨੇ। ਆਹ ਦੇਖੋ ਦਰਖਤ ਸੁੱਕ ਰਹੇ ਨਹਿਰ ਤੇ। ਹਾਂਜੀ ਹਾਂਜੀ, ਲਾਈਵ ਨਹੀਂ ਪਾਉਣੀ ਹੈ ਜੀ ਬਾਅਦ ਚੋਂ, ਅਜੇ ਅਸੀਂ ਤਾਂ ਸਿੰਪਲ ਮੋਬਾਈਲ 'ਚ ਬਣਾ ਰਹੇ ਹਾਂ ਜੀ। ਅੱਗੇ ਪੈ ਜੂਗੀ ਜੀ ਮੁੰਡੇ ਦਾ, ਦਿਖਾ ਦਊ ਮੂਵੀ ਆ ਵੀ ਇੱਧਰ। ਅੱਛਾ ਜੀ, ਮੈਂ ਦੀਪਨਗਰ ਤੋਂ ਸਾਬਕਾ ਸਰਪੰਚ ਬੋਲ ਰਿਹਾ। ਇਹ ਕਾਫੀ ਟਾਈਮ ਤੋਂ ਅਸੀਂ ਇਹਨਾਂ ਨੂੰ ਚੈੱਕ ਕਰ ਰਹੇ ਹਾਂ, ਇਹ ਸਾਰੇ ਇਹਨਾਂ ਨੇ ਦਰਖਤ ਵੀ ਸੁਕਾਤੇ ਤੇ ਨਾਲ ਨਾਲ ਸਾਰੀਆਂ ਬਿਮਾਰੀਆਂ ਫੈਲੀਆਂ ਹੋਈਆਂ ਨੇ, ਜਿਹਦੇ ਕਰਕੇ ਆਹ ਮੁੰਡੇ ਨੇ ਅਹਿਮਦਗੜ੍ਹ ਦੀ ਗੱਡੀ ਆ, ਇਹਨਾਂ ਦੀ ਗੱਡੀ ਆ ਕੇ ਇਹ ਰੋਜ਼ ਰਾਤ ਨੂੰ ਜਾਂ ਦਿਨੇ ਗੰਦਾ ਪਾਣੀ ਸੁੱਟਦੇ ਨੇ, ਲੈਟਰਿੰਗਾਂ ਦਾ ਪਾਣੀ ਸੁੱਟਦੇ ਨੇ। ਇਹਨਾਂ ਲੋਕਾਂ ਨੇ ਕਾਫੀ ਗੰਦ ਪਾਇਆ ਹੋਇਆ ਤੇ ਇੱਕ ਆ ਮੇਰੇ ਵੀਰ ਨੇ, ਇਹ ਵੀ ਮੇਰੇ ਨਾਲ ਇਹਨਾਂ ਨੇ ਬਹੁਤ ਵੱਡਾ ਸਾਥ ਦਿੱਤਾ ਆ। ਗੱਡੀ ਅਸੀਂ ਰੋਕ ਲਈ ਆ, ਲੋਕਲ ਪੁਲਿਸ ਨੂੰ ਬੁਲਾਇਆ ਹੋਇਆ, ਜਿਵੇਂ ਵੀ ਹੋਊਗਾ ਉਹ ਅਸੀਂ ਦੇਖ ਕੇ ਇਹਨਾਂ ਦੀ ਵੈਰੀਫਾਈ ਕਰਕੇ ਜੰਗਲਾਤ ਮਹਿਕਮੇ ਨੂੰ ਦਵਾਂਗੇ। ਸੋ ਧੰਨਵਾਦ, ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ। ਕਦੋਂ ਤੱਕ ਆਮ ਲੋਕ ਹੀ ਅਜਿਹੇ ਭੈੜੇ ਅੰਸਰਾਂ ਨੂੰ ਫੜਦੇ ਰਹਿਣਗੇ? ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ। ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਕਦੋਂ ਤੱਕ ਨਿਭਾਏਗਾ? ਜਦੋਂ ਧਰਤੀ 'ਤੇ ਲੋਕ ਤੜਫ ਤੜਫ ਕੇ ਮਰਨੇ ਸ਼ੁਰੂ ਹੋ ਜਾਣਗੇ ਕਿ ਸਰਕਾਰਾਂ ਉਦੋਂ ਜਾਗਣਗੀਆਂ। ਸੋ ਲੋੜ ਹੈ ਅਜਿਹੇ ਲੋਕਾਂ ਨੂੰ ਜਲਦ ਤੋਂ ਜਲਦ ਅੰਦਰ ਕਰਨ ਦੀ, ਤਾਂ ਜੋ ਸਮਾਜ ਦੇ ਭੈੜੇ ਲੋਕਾਂ ਨੂੰ ਕਾਬੂ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।